ਕੇਂਦਰ ਦੀ ਸੁਰੱਖਿਆ ਏਜੰਸੀ ਨੂੰ ਇੱਕ ਇਨਪੁਟ ਮਿਲਿਆ ਹੈ ਸੋਰਸਸ ਜਾਣਕਾਰੀ ਦੇ ਰਹੇ ਨੇ ਕਿ ਪੰਜਾਬ ਸਣੇ ਹੋਰ ਸੂਬਿਆਂ ਦੇ ਵਿੱਚ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਗੈਂਗਸਟਰਾਂ ਦੇ ਰਾਹੀਂ ਹਥਿਆਰਾਂ ਤੇ ਨਸ਼ਾ ਤਸਕਰੀ ਦੀ ਸਾਜ਼ਿਸ਼ ਘੜੀ ਜਾ ਰਹੀ ਹੈ ਟਾਰਗੇਟ ਕਿਲਿੰਗ ਵੀ ਗੈਂਗਸਟਰਾਂ ਦੇ ਥਰੂ ਕਰਵਾਈ ਜਾ ਸਕਦੀ ਹੈ ਕੈਨੇਡਾ ਪਾਕਿਸਤਾਨ ਵਿੱਚ ਬੈਠੇ ਗੈਂਗਸਟਰਾਂ ਦੇ ਰਾਹੀਂ ਇਹ ਸਾਜ਼ਿਸ਼ ਘੜੀ ਜਾ ਸਕਦੀ ਹੈ ਕੇਂਦਰ ਦੀ ਜਾਂਚ ਏਜੰਸੀ ਨੂੰ ਸੂਤਰ ਜਿਹੜੇ ਇਸ ਚੀਜ਼ ਦੀ ਜਾਣਕਾਰੀ ਦੇ ਰਹੇ ਨੇ ਬੰਬੀਹਾ ਗੈਂਗ ਲਾਰੈਂਸ ਬਿਸ਼नोई ਵਰਗੇ ਗੈਂਗਸਟਰਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਸੋ ਕੌਣ ਇਹਨਾਂ ਦੀ ਵਰਤੋਂ ਕਰਨਾ ਚਾਹੁੰਦਾ ਹੈ ਗੈਂਗਸਟਰਾਂ ਨੂੰ ਕੈਨੇਡਾ ਦੁਬਈ ਅਤੇ ਪਾਕਿਸਤਾਨ ਤੋਂ ਕੌਣ ਆਪਰੇਟ ਕਰ ਰਿਹਾ ਹੈ ਕੇਂਦਰ ਦੀ ਸੁਰੱਖਿਆ ਏਜੰਸੀ ਨੂੰ ਇਸ ਚੀਜ਼ ਦੀ ਪਿੰਨਕ ਲੱਗੀ ਹੈ ਜਿਸ ਤੋਂ ਬਾਅਦ ਅਲਰਟ ਮੋਡ ਤੇ ਸੁਰੱਖਿਆ ਤੰਤਰ ਨੂੰ ਕਰ ਦਿੱਤਾ ਗਿਆ ਹੈ ਪੰਜਾਬ ਸਮੇਤ ਵੱਖ-ਵੱਖ ਸੂਬਿਆਂ ਦੀਆਂ ਸੁਰੱਖਿਆ ਏਜੰਸੀਆਂ ਨੂੰ ਅਲਰਟ ਦੇਣ ਦਾ ਹੁਕਮ ਕੀਤਾ ਗਿਆ ਹੈ ਵਿਦੇਸ਼ਾਂ ਵਿੱਚ ਬੈਠੇ ਗੈਂਗਸਟਰ ਕਿਸੇ ਵੱਡੇ ਘਟਨਾ ਨੂੰ ਅੰਜਾਮ ਦੇ ਸਕਦੇ ਨੇ ਟਾਰਗੇਟ ਕਿਲਿੰਗ ਨਸ਼ਾ ਤਸਕਰੀ ਵਰਗੇ ਜਿਹੜੇ ਮਾਮਲੇ ਨੇ ਉਹਨਾਂ ਨੂੰ ਲੈ ਕੇ ਵੱਡੀ ਜਿਹੜੀ ਖਬਰ ਉਹ ਸਾਹਮਣੇ ਆ ਰਹੀ ਹੈ ਸੋ ਪੰਜਾਬ ਸਮਿਤ ਵਕਫਕ ਸੂਬੇ ਦੇ ਵਿੱਚ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਬੀਤੇ ਦਿਨ ਐਨਆਈਏ ਨੇ ਪੰਜਾਬ ਦੇ ਵਿੱਚ ਗੈਂਗਸਟਰਾਂ ਦੇ ਟਿਕਾਣਿਆਂ ਤੇ ਛਾਪੇ ਮਾਰੇ ਸੀ ਵੱਡੀ ਗਿਣਤੀ ਵਿੱਚ ਜਿਹੜੇ ਹਥਿਆਰ ਬਰਾਮਦ ਦਾ ਦਾਵਾ ਹੋਇਆ ਸੀ ਅਨਮੋਲ ਗੁਲਾਟੀ ਇਸ ਖਬਰ ਤੇ ਜਾਣਕਾਰੀ ਦੇ ਰਹੇ ਹਨ ਅਨਮੋਲ ਕੀ ਕੁਝ ਜਾਣਕਾਰੀ ਕਿਸ ਤਰ੍ਹਾਂ ਦੇ ਇਨਪੁਟ ਜਾਣ ਕਰ ਗਏ ਰਹੇ ਨੇ ਬਿਲਕੁਲ ਦੇਖੋ ਕਿਸ਼ਨ ਜਿਹੜੇ ਵੀ ਹੁਣ ਵਾਰਦਾਤਾ ਹੋ ਰਹੀਆਂ ਇਸ ਦੇ ਪਿੱਛੇ ਪਹਿਲਾਂ ਗੈਂਗਸਟਰਵਾਦ ਤੇ ਅਤਵਾਦ ਇਹ ਦੋਵਾਂ ਦੀ ਜਿਹੜੇ ਕਨੈਕਸ਼ਨ ਆ ਉਹ ਜੁੜਦੇ ਨਜ਼ਰ ਆਉਂਦੇ ਨੇ ਹੁਣ ਸਭ ਤੋਂ ਪਹਿਲਾਂ ਜਿਸ ਤਰੀਕੇ ਨਾਲ ਗੈਂਗਸਟਰਸ ਦੀ ਗੱਲ ਕਰ ਲਈਏ ਪੰਜਾਬ ਦੇ ਵਿੱਚ ਜਾਂ ਦੇਸ਼ ਦੇ ਵਿੱਚ ਜੇਕਰ ਲੌਰੈਂਸ ਤੇ ਜਿਹੜਾ ਨੀਰਜ ਬਵਾਨਾ ਗੈਂਗ ਹੈ ਇਸ ਦੀ ਗੱਲ ਕਰੀਏ ਤਾ ਸੂਤਰਾ ਦੇ ਹਵਾਲੇ ਤੋਂ ਇਹ ਪਤਾ ਲੱਗਦਾ ਹੈ ਕਿ 700 700 ਗੁਰਗੇ ਜਿਹੜੇ ਕਿਆਂ ਇਹਨਾਂ ਦੇ ਕੋਲ ਹੈਗੇ ਜੇਕਰ ਲਾਰੈਂਸ ਕੱਲੇ ਦੀ ਗੱਲ ਕਰ ਲਈਏ ਤਾਂ ਲਾਰੈਂਸ ਦਾ ਪੂਰਾ ਇੱਕ ਨੈਕਸਸ ਹੈ ਤਾਂ ਉਸ ਨੈਕਸਸ ਦੇ ਵਿੱਚ ਕਾਫੀ ਨਾਮੀ ਗੈਂਗਸਟਰਸ ਨੇ ਤੇ ਜਿਹੜੇ ਅਤਵਾਦੀ ਨੇ ਜਿਹੜੇ ਅਤਵਾਦੀ ਸੰਗਠਨ ਨੇ ਜਾਂ ਫਿਰ ਕਿਹਾ ਜਾਵੇ ਜੋ ਦੇਸ਼ ਦੇ ਉੱਤੇ ਮੁਲਕ ਦੇ ਉੱਤੇ ਬੁਰੀ ਨਜ਼ਰ ਰੱਖਦੇ ਨੇ ਉਹਨਾਂ ਦੇ ਉਹਨਾਂ ਨੇ ਜੇਕਰ ਆਪਣੀ ਕੋਈ ਸੀ ਵੀ ਸਾਜ਼ਿਸ਼ ਨੂੰ ਅੰਜਾਮ ਦੇਣਾ ਹੈ ਤਾਂ ਉਸ ਦੇ ਲਈ ਇਹ ਗੈਂਗਸਟਰਜ਼ ਉਹਨਾਂ ਦੇ ਬਹੁਤ ਕੰਮ ਆ ਸਕਦੇ ਨੇ ਬਦਲੇ ਦੇ ਵਿੱਚ ਗਰਾਉਂਡ ਸਪੋਰਟ ਜਿਹੜੀ ਕਿ ਆਤਵਾਦੀਆਂ ਵੱਲੋਂ ਇਹਨਾਂ ਨੂੰ ਦਿੱਤੀ ਜਾਂਦੀ ਹੈ ਹਰ ਤਰੀਕੇ ਦੀ ਸਪੋਰਟ ਦਿੱਤੀ ਜਾਂਦੀ ਹੈ ਤੁਹਾਨੂੰ ਯਾਦ ਹੋਏਗਾ ਹੁਣ ਜਿਵੇਂ ਦੀਪਕ ਮੁੰਡੀ ਹੈ ਦੀਪਕ ਗੁੰਡੀ ਜਦੋਂ ਗ੍ਰਫਤਾਰ ਹੋਇਆ ਨੇਪਾਲ ਬਾਰਡਰ ਦੇ ਨੇੜੇ ਗ੍ਰਫਤਾਰ ਹੋਇਆ ਇਸ ਨੂੰ ਵਾਦਾ ਕੀਤਾ ਗਿਆ ਸੀਗਾ ਕਿ ਜਦੋਂ ਇਹ ਨੇਪਾਲ ਪਹੁੰਚਦਾ ਤਾਂ ਨੇਪਾਲ ਇਸ ਨੂੰ ਜਿਹੜਾ ਕੀ ਹੈ ਜਾਲੀ ਪਾਸਪੋਰਟਸ ਦਿੱਤੇ ਜਾਣਗੇ ਤੇ ਉਹਨਾਂ ਜਾਲੀ ਪਾਸਪੋਰਟਸ ਦੇ ਸਾਰੇ ਜਿਹੜਾ ਕੀ ਹੈ ਦੁਬਈਆ ਹੋਰ ਕਿਸੇ ਦੇਸ਼ ਦੇ ਵਿੱਚ ਜਾ ਸਕਦਾ ਜਿਹੜੇ ਉਹ ਜਾਲੀ ਪਾਸਪੋਰਟ ਸੀਗੇ ਉਹ ਵੀ ਜਿਹੜੇ ਕੀ ਹੈ ਅਤਵਾਦੀ ਕੁਝ ਸੰਗਠਨ ਹੈ ਜਿਨ੍ਹਾਂ ਦੇ ਥਰੂ ਜਿਹੜੇ ਕੀ ਹੈ ਅੱਗੇ ਪਾਸਪੋਰਟ ਇਹਨਾਂ ਨੂੰ ਪ੍ਰੋਵਾਈਡ ਕਰਾਣਾ ਕਰਾਏ ਜਾਣਾ ਸੀਗੇ ਜਿਹੜਾ ਇੰਟੈਲੀਜੈਂਸ ਹੈੱਡ ਆਫਿਸ ਦੇ ਵਿੱਚ ਦੇ ਉੱਤੇ ਜਿਹੜਾ ਕਿ ਇੱਕ ਅਟੈਕ ਹੋਇਆ ਸੀਗਾ ਉਸ ਅਟੈਕ ਦੀ ਗੱਲ ਕਰ ਲਈਦਾ ਉਸ ਅਟੈਕ ਦੇ ਪਿੱਛੇ ਰਿੰਦੇ ਦੀ ਰਿੰਦੇ ਦਾ ਹੱਥ ਜਿਹੜਾ ਕਿ ਆ ਸਾਹਮਣੇ ਆਇਆ ਸੀਗਾ ਹੁਣ ਰਿੰਦਾ ਜਿਹੜਾ ਕਿ ਆ ਪਾਕਿਸਤਾਨ ਤੋਂ ਬਹਿ ਕੇ ਆਪਣੇ ਮਨਸੂਬਿਆਂ ਨੂੰ ਇੱਥੇ ਅੰਜਾਮ ਦੇ ਰਿਹਾ ਹੈ ਉਹ ਕਿਸ ਤਰੀਕੇ ਨਾਲ ਦੇ ਰਿਹਾ ਹੈ ਕਿਉਂਕਿ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਸਪੋਰਟ ਜਿਹੜਾ ਕੀ ਹੈ ਇਹ ਅਤਵਾਦੀ ਸੰਗਠਨਾਂ ਵੱਲੋਂ ਦਿੱਤੀ ਜਾਂਦੀ ਹੈ ਤੇ ਅਤਵਾਦੀ ਸੰਗਠਨਾਂ ਨੂੰ ਜਿਹੜਾ ਕਿ ਜੋ ਵੀ ਉਹਨਾਂ ਨੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇਣਾ ਹੈ ਉਸ ਦੇ ਲਈ ਇਹ ਗੈਂਗਸਟਰਸ ਜਿਹੜੇ ਕਿ ਇਹਨਾਂ ਦੀ ਮਦਦ ਕਰਦੇ ਕਿਉਂਕਿ ਗਰਾਊਂਡ ਤੇ ਇਹਨਾਂ ਦੇ ਗੁਰਗੇ ਬਹੁਤ ਨੇ ਲਾਰੈਂਸ ਗਰੁੱਪ ਦੀ ਗੱਲ ਕਰ ਲਈਏ ਨਿਰਜ ਬਵਾਨਾ ਗਰੁੱਪ ਦੀ ਗੱਲ ਕਰ ਲਈਏ ਇਹਨਾਂ ਦੇ ਕੋਲ ਅਪਰੋਕਸੀਮੇਟਲੀ 700 700 ਗੁਰਗੇ ਜਿਹੜੇ ਕਿਆਂ ਮੌਜੂਦ ਹੈ ਜਿਸ ਦੇ ਥਰੂ ਕੋਈ ਵੀ ਜੇਕਰ ਆਪਣੇ ਮਨਸੂਬੇ ਨੂੰ ਅੰਜਾਮ ਦੇਣਾ ਹੈ ਤਾਂ ਉਸ ਦੇ ਲਈ ਕੋਈ ਔਖਾ ਕੰਮ ਨਹੀਂ ਹੈ ਇਹਨਾਂ ਸੰਗਠਨਾਂ ਲਈ ਉਹਨੇ ਜਿਹੜੇ ਸੰਗਠਨ ਨੇ ਇਹ ਆਪਣੇ ਕੰਮ ਜਿਹੜੇ ਕਿ ਇਹ ਗੈਂਗਸਟਰਸ ਦੇ ਥਰੂ ਕਰਾਉਂਦੇ ਨੇ ਤੇ ਆਪਣੇ ਜਿਹੜੇ ਜਿਹੜੇ ਗੈਂਗਸਟਰਸ ਨੇ ਉਹਨਾਂ ਨੂੰ ਜੋ ਕੁਝ ਵੀ ਹੈਲਪ ਚਾਹੀਦੀ ਹੈ ਜੋ ਬੈਕਅਪ ਸਪੋਰਟ ਚਾਹੀਦੀ ਹੈ ਭਾਵੇਂ ਕਿ ਦੂਸਰੇ ਕ ਨਾਲ ਤੁਸੀਂ ਵੇਖਿਆ ਸੀਗਾ ਆਰਪੀਜੀ ਤੋਂ ਅਟੈਕ ਜਿਹੜਾ ਕਿ ਇੰਟੈਲੀਜੈਂਸ ਆਫਿਸ ਤੇ ਹੋਇ ਹੁਣ RPG ਕਿੱਥੇ ਕਿਵੇਂ ਆ ਗਿਆ ਪੰਜਾਬ ਦੇ ਵਿੱਚ ਇਹ ਵੱਡਾ ਸਵਾਲ ਹੈ ਤਾਂ ਇਹ तमाम ਚੀਜ਼ਾਂ ਹੁਣ AK47 ਜਿਹੜੀ ਹੈ ਉਹ ਇੱਕ ਇੱਕ ਮਾਸ ਡਿਸਟਰਕਸ਼ਨ ਵੈਪਨ ਹੈ ਅ ਉਹ ਜਿਹੜੇ ਆਪਾਂ ਜਿਹੜੇ ਪਹਤਾਏ ਜਾ ਰਹੇ ਇਸ ਦੇ ਪਿੱਛੇ ਵੀ ਕਿੰਨਾ ਕਿਤੇ ਜਿਹੜੇ ਆਤਵਾਦੀ ਸੰਗਠਨ ਨੇ ਉਹਨਾਂ ਦਾ ਹੱਥ ਸਾਹਮਣੇ ਆਉਂਦਾ ਹੁਣ ਜਿਹੜੀ ਕੱਲ ਰੇਡਸ ਹੋਈਆਂ ਐ ਐਨਆਈਏ ਦੀ ਇਸ ਦੇ ਪਿੱਛੇ ਸਿਰਫ ਗੈਂਗਸਟਰ ਬਾਤ ਨਹੀਂ ਸੀਗਾ ਇਸ ਦੇ ਪਿੱਛੇ ਇੱਕ ਵੱਡੀ ਫਟਕਾਰ ਸੀਗੀ ਇੱਕ ਵੱਡੀ ਟੈਨਸ਼ਨ ਸੀਗੀ ਦੇਸ਼ ਦੇ ਲਈ ਕਿਉਂਕਿ ਜਿਹੜੀ ਸੈਂਟਰਲ ਏਜੰਸੀਜ਼ ਐ ਉਹਨਾਂ ਵੱਲੋਂ ਇਨਪੁਟ ਦਿੱਤੇ ਗਏ ਨੇ ਕਿ ਜਿਹੜੇ ਗੈਂਗਸਟਰ ਗਰੁੱਪਸ ਨੇ ਤੇ ਨਾਲ ਟੈਰਰਿਸਟ ਗਰੁੱਪਸ ਨੇ ਇਹ ਹੁਣ ਸਿੰਕ੍ਰੋਨਾਈਜ਼ੇਸ਼ਨ ਦੇ ਵਿੱਚ ਚੱਲ ਰਹੇ ਨੇ ਜਿਹੜੇ ਗਰੁੱਪਸ ਨੇ ਇਹਨਾਂ ਨੂੰ ਜੇਕਰ ਟੈਕਲ ਨਾ ਕੀਤਾ ਗਿਆ ਤਾਂ ਜਿਨੇ ਵੀ ਟੈਰਰਿਸਟ ਐਕਟੀਵਿਟੀਜ਼ ਨੇ ਉਹ ਅੰਜਾਮ ਦਿੱਤੇ ਜਾ ਸਕਦੇ ਨੇ ਇਨ ਗੈਂਗਸਟਰ ਗਰੁੱਪਸ ਦੇ ਥਰੂ ਜਿਸ ਦੇ ਕਰਕੇ ਕੱਲ ਐਨਆਈਏ ਵੱਲੋਂ ਇਸ ਚੀਜ਼ ਦੇ ਉੱਤੇ ਗੰਭੀਰਤਾ ਦਿਖਾਈ ਗਈ ਐਨਆਈਏ ਵੱਲੋਂ ਜਿਹੜਾ ਕੀ ਹੈ ਇਹ ਤਮਾਮ ਰੇਡਸ ਕੀਤੀਆਂ ਗਈਆਂ ਹੁਣ ਐਮਐਚਏ ਵੱਲੋਂ ਵੀ ਜਿਹੜਾ ਕੀ ਇਸ ਚੀਜ਼ ਦੇ ਇਨਪੁਟ ਸੀਗੇ ਤੇ ਦੇਸ਼ ਦੇ ਜਿਹੜੇ ਕਿ ਕੇਂਦਰੀ ਗ੍ਰਹਿ ਮੰਤਰੀ ਹਮਿੰਤ ਸ਼ਾਨੇ ਉਹਨਾਂ ਵੱਲੋਂ ਵੀ ਇਸ ਚੀਜ਼ ਦੇ ਉੱਤੇ ਗੰਭੀਰਤਾ ਦਿਖਾਈ ਜਾ ਰਹੀ ਹੈ ਜਿਸ ਤੋਂ ਬਾਅਦ ਇਹ ਤਮਾਮ ਰੇਡਸ ਜਿਹੜੀਆਂ ਕਿਆਂ ਹੋਈਆਂ ਇਹਨਾਂ ਰੇਡਸ ਦੇ ਪਿੱਛੇ ਖਾਸ ਤੌਰ ਤੇ ਜਿਹੜਾ ਕਨੈਕਸ਼ਨ ਸਾਹਮਣੇ ਆ ਰਿਹਾ ਹੁਣ ਗੈਂਗਸਟਰਵਾਦ ਤੇ ਗੈਂਗਸਟਰ ਗਰੁੱਪਸ ਤੇ ਟੈਰਰਿਸਟ ਗਰੁੱਪਸ ਦਾ ਉਹ ਇੱਕ ਖਾਸ ਕਾਰਨ ਸੀਗਾ ਇਹ ਕ अहम ਕਾਰਨ ਸੀਗਾ ਜਿਸ ਦੇ ਕਰਕੇ ਵਕ ਵਕ ਥਾਵਾਂ ਤੇ ਇਹ ਰੇਡਸ ਹੋਈਆਂ ਕਿਉਂਕਿ ਜੇਕਰ ਇਸ ਨੈਕਸਸ ਨੂੰ ਇਸ ਸਿੰਕ੍ਰੋਨਾਈਜ਼ੇਸ਼ਨ ਨੂੰ ਹੁਣੇ ਨਹੀਂ ਕਾਬੂ ਕੀਤਾ ਗਿਆ ਆਉਣ ਵਾਲੇ ਦਿਨਾਂ ਦੇ ਲਈ ਦੇਸ਼ ਦੇ ਲਈ ਇੱਕ ਵੱਡਾ ਥ੍ਰੈਟ ਇਹ ਗੈਂਗਸਟਰਵਾਦ ਗੈਂਗਸਟਰ ਗਰੁੱਪਸ ਤੇ ਟੈਰਰਿਸਟ ਗਰੁੱਪ ਜਿਹੜੇ ਕਿ ਹੈ ਉਹ ਬਣ ਸਕਦੇ ਅਨਮੋਲ ਅਸੀਂ ਦੇਖਿਆ ਬੀਤੇ ਦਿਨ ਐਨੇ ਹੀ ਨੇ ਪੰਜਾਬ ਦੇ ਵਿੱਚ ਵੱਡੇ ਪੱਧਰ ਤੇ ਛਾਪੇ ਮਾਰੀ ਕੀਤੀ ਬਹੁਤ ਕੁਝ ਬਰਾਮਦ ਹੋਇਆ ਹੈ ਜਿਸ ਹਸਾਬ ਨਾਲ ਯੁਵਾਪਾ ਐਕਟ ਦੇ ਅਧੀਨ ਇਹਨਾਂ ਗੈਂਗਸਟਰਾਂ ਤੇ ਪਰਚੇ ਕੁਝ ਦਿਨ ਪਹਿਲਾਂ ਦਰਜ ਹੋਏ ਸੀ ਉਸੇ ਲੜੀ ਤਹਿਤ ਕਾਰਵਾਈ ਹੋਈ ਹੈ ਆਖਰਕਾਰ ਜੇਲ੍ਹਾਂ ਵਿੱਚ ਇਹ ਗੈਂਗਸਟਰ ਬੈਠੇ ਨੇ ਖੂਫੀਏ ਤੰਤਰ ਨੂੰ ਪੂਰੇ ਇਨਪੁੱਟਸ ਹੁੰਦੇ ਨੇ ਕਿ ਜੇਲ੍ਹਾਂ ਚ ਇਹ ਗੈਂਗਸਟਰ ਕਰ ਤੇ ਕਿੰਨੇ ਵਜੇ ਕੀ ਕੁਝ ਹੋ ਰਿਹਾ ਹੈ ਤਾਂ ਇਹਨਾਂ ਗੈਂਗਸਟਰਾਂ ਤੋਂ ਤਾਂ ਮੋਬਾਈਲ ਫੋਨ ਫੜੇ ਜਾ ਰਹੇ ਨੇ ਇਹ ਸੁਰੱਖਿਆ ਤੰਤਰ ਦੇ ਵਿੱਚ ਆਪ ਜਿਹੜੇ ਸੁਧਾਰ ਦੀ ਕੀ ਵਾਕਈ ਜ਼ਰੂਰਤ ਨਹੀਂ ਬਣਦੀ ਜੇ ਲਾਰੈਂਸ ਬਿਸ਼ਨੋਈ ਤਿਹਾਰ ਦੀ ਜੇਲ੍ਹ ਵਿੱਚ ਬੈਠ ਕੇ ਲੱਖਾਂ ਕਰੋੜਾਂ ਦੇ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਕਰ ਸਕਦਾ ਹੈ ਸਿਰਕਟ ਸਿੰਗਰ ਸਿੱਧੂ ਮੁਸੇਵਾਲ ਨੂੰ ਮਾਰਨ ਦੇ ਲਈ ਤਮਾਮ ਇਨਪੁਟ ਤਿਹਾਰ ਜੇਲ੍ਹ ਚੋਂ ਦਿੱਤੇ ਜਾ ਸਕਦੇ ਆ ਤਾਂ ਹੋਰ ਬਹੁਤ ਇਨਫੋਰਮੇਸ਼ਨ ਸੁਰੱਖਿਆ ਤੰਤਰ ਕੋਲ ਹੋਣਗੀਆਂ ਆਖਰਕਾਰ ਕਿੰਨਾ ਕੁ ਟੈਕਲ ਕਰਨਾ ਇਹਨਾਂ ਗੈਂਗਸਟਰ ਨੂੰ ਓਖਾ ਹੈ ਜਿਹੜੇ ਜੇਲ੍ਹ ਚ ਬੈਠੇ ਨੇ ਜੇ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਕਿਸ਼ਨ ਤੁਸੀਂ ਵੀ ਮੈਂਸ਼ਨ ਕੀਤਾ ਕਿ ਜੇਂ ਦਾ ਵਿੱਚ ਬੈਠਾ ਹੋਇਆ ਕੋਈ ਤਿਹਾਰਡ ਦੇ ਵਿੱਚ ਬੈਠਾ ਹੋਇਆ ਕੋਈ ਗੈਂਗਸਟਰ ਆਪਣੇ ਜਿਹੜੇ ਮਨਸੂਬੇ ਨੇ ਉਹਨਾਂ ਨੂੰ ਅੰਜਾਮ ਵੀ ਦੇ ਰਿਹਾ ਹੈ ਆਪਣੀ ਜਿਹੜੀ ਡੀਲਸ ਹੈ ਵੈਪਨਸ ਦੀ ਉਹ ਵੀ ਕਰ ਰਿਹਾ ਹੈ ਜਿਹੜੇ ਵੈਪਨ ਨੇ ਉਹਨਾਂ ਦੀ ਮੂਵਮੈਂਟ ਵੀ ਕਰਵਾ ਰਿਹਾ ਹੈ ਜਾਣੇ ਕਿ ਕਨੈਕਟੀਵਿਟੀ ਹੈ ਜੇਲ ਦੇ ਵਿੱਚੋਂ ਤਾਂ ਸਭ ਤੋਂ ਪਹਿਲਾਂ ਜ਼ਰੂਰੀ ਹੈ ਕਿ ਇਸ ਕਨੈਕਟੀਵਿਟੀ ਨੂੰ ਖਤਮ ਕੀਤਾ ਜਾਵੇ ਕਿਉਂਕਿ ਦੇਖੋ ਜੇਕਰ ਇਹਨਾਂ ਦੇ ਗੁਰਗਿਆ ਨਾਲ ਇਹਨਾਂ ਦਾ ਸੰਪਰਕ ਨਹੀਂ ਹੋਏਗਾ ਤਾਂ ਉਸ ਤੋਂ ਬਾਅਦ ਉਹ ਡਾਇਰੈਕਸ਼ਨਲੈਸ ਹੋਣਗੇ ਜਦੋਂ ਕੋਈ ਡਾਇਰੈਕਸ਼ਨ ਨਹੀਂ ਹੋਏਗੀ ਤਾਂ ਉਸ ਤੋਂ ਬਾਅਦ ਕੋਈ ਅੰਜਾਮ ਕਿਸੇ ਵੀ ਮਨਸੂਬੇ ਨੂੰ ਉਹ ਨਹੀਂ ਦੇਣਗੇ ਮੀਨਵਾਇਲ ਜਿਸ ਤਰੀਕੇ ਨਾਲ ਹੁਣ ਨਈਵਲੋਂ ਐਕਟੀਵਿਟੀ ਕੱਲ ਕੀਤੀ ਗਈ ਹੈ ਉਹ ਜੀ ਐਕਟੀਵਿਟੀਆਂ ਲਗਾਤਾਰ ਕੀਤੀਆਂ ਜਾਣ ਤਾਂ ਸਫਾਇਆ ਜ਼ਰੂਰ ਹੋ ਜਾਏਗਾ ਲੇਕਿਨ ਜਦੋਂ ਤੱਕ ਕਨੈਕਟੀਵਿਟੀ ਨਹੀਂ ਟੁੱਟਦੀ ਉਦੋਂ ਤੱਕ ਇਹ ਖਤਰਾ ਜਿਹੜਾ ਕੀ ਹੈ ਇਹ ਬਣਿਆ ਰਹੂਗਾ ਦੇਸ਼ ਦੇ ਲਈ ਤੇ ਇਸ ਖਤਰੇ ਨੂੰ ਜੇਕਰ ਖਤਮ ਕਰਨਾ ਹੈ ਤਾਂ ਇਸ ਕਨੈਕਟੀਵਿਟੀ ਨੂੰ ਤੋੜਨਾ ਹੋਏਗਾ ਜਿਸ ਦੇ ਲਈ ਜਿਹੜੇ ਸਿਸਟਮ ਦੇ ਵਿੱਚ ਜਿਹੜੇ ਲੋਕ ਇਹਨਾਂ ਦੇ ਨਾਲ ਇਨਵੋਲਡ ਹੈ ਭਾਵੇਂ ਗੈਂਗਸਟਰਸ ਦੇ ਨਾਲ ਹੋਣ ਭਾਵੇਂ ਹਤਵਾਦੀ ਸੰਗਠਨਾਵਾਂ ਦੇ ਨਾਲ ਹੋਣ ਇਹਨਾਂ ਨੂੰ ਸਭ ਤੋਂ ਪਹਿਲਾਂ ਫੜਨਾ ਹੋਏਗਾ ਜੋ ਕਿ ਚੋਰ ਮੋਰੀਆਂ ਇਹਨਾਂ ਨੂੰ ਜ਼ਰੂਰ ਫੜਨਾ ਹੋਏਗਾ ਤਾਂ ਕਿ ਜਿਹੜੇ ਸਭ ਤੋਂ ਪਹਿਲਾਂ ਜਿਹੜਾ ਸਿਸਟਮ ਦੇ ਵਿੱਚ ਜਿਹੜੇ ਲੋਕ ਨੇ ਜਿਹੜੇ ਸਾਥ ਦੇ ਰਹੇ ਨੇ ਉਹਨਾਂ ਨੂੰ ਪਹਿਲਾਂ ਕੰਟਰੋਲ ਕੀਤਾ ਜਾਵੇ ਉਸ ਤੋਂ ਬਾਅਦ ਇਹਨਾਂ ਦੀ ਕਨੈਕਟੀਵਿਟੀ ਖਤਮ ਕਰਕੇ ਇਹਨਾਂ ਨੂੰ ਜੜ ਤੋਂ ਖਤਮ ਕੀਤਾ ਜਾਵੇ ਜਿਸ ਦੀ ਕੋਸ਼ਿਸ਼ ਤਾਂ ਦੇਖੋ ਜ਼ਰੂਰ ਹੈ ਨਾ ਇਹ ਕਰਦੀ ਨਜ਼ਰ ਆ ਰਹੀ ਹੈ لیکن ਜਿਵੇਂ ਕਿ ਤੁਸੀਂ ਵੀ ਸਵਾਲ ਚੱਕਿਆ ਕਿ ਜੇਲ੍ਹ ਦੇ ਵਿੱਚ ਜੇਲ੍ਹ ਪ੍ਰਸ਼ਾਸਨ ਵੱਲੋਂ ਕਿਉਂ ਇਸ ਚੀਜ਼ ਦਾ ਤਾਂ ਸकता ਹੀ ਨਹੀਂ ਦਿਖਾਈ ਜਾ ਰਹੀ ਕਿਉਂ ਜਿਹੜਾ ਕਿ ਹੈ ਇਹੋ ਜਿਹੇ ਗੈਂਗਸਟਰਸ ਨੂੰ ਫੋਨਸ ਤੱਕ ਪ੍ਰੋਵਾਈਡ ਕਰਾਏ ਜਾ ਰਹੇ ਹਨ ਜਿਸ ਦੇ ਕਰਕੇ ਆਪਣੇ ਮਨਸੂਬਿਆਂ ਨੂੰ ਜੇਲ੍ਹ ਦੇ ਵਿੱਚ ਇਤਹਾੜ ਜੇਲ੍ਹ ਦੇ ਵਿੱਚ ਬੈ ਕੇ ਜਿਹੜਾ ਕਿ ਹੈ ਕੋਈ ਗੈਂਗਸਟਰ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਿਹਾ ਹੈ ਇਹ तमाम ਸਵਾਲ ਜਿਹੜੇ ਕਿ ਹੈ ਜ਼ਰੂਰ ਜਿਹੜੇ ਕਿ ਇਹਨਾਂ ਦੇ ਜਵਾਬ ਆਉਣ ਵਾਲੇ ਦਿਨਾਂ ਦੇ ਵਿੱਚ ਕੇਂਦਰ ਸਰਕਾਰ ਨੂੰ ਸੈਂਟਰਲ ਏਜੰਸੀਆਜ਼ ਏਜੰਸੀਜ਼ ਨੂੰ ਜਿਹੜੇ ਕਿ ਆ ਦੇਣੇ ਹੋਣਗੇ ਪਰ ਦੇਖੋ ਸਵਾਲਾਂ 'ਚੋ ਸਵਾਲ ਬਹੁਤ ਨਿਕਲ ਰਹੇ ਨੇ ਪਰ ਕਿਵੇਂ ਜਿਹੜੀਆਂ ਬਾਹਰਲੀ ਸ਼ਕਤੀਆਂ ਨੇ ਪਾਕਿਸਤਾਨ ਵਿੱਚ ਬੈਠੇ ਗੈਂਗਸਟਰ ਨੇ ਆਪਣੇ ਫੈਸਲਿਆਂ ਨੂੰ ਮੁਲਕ ਦੀ ਧਰਤੀ ਤੇ ਐਗਜ਼ੀਕਿਊਟ ਕਿਵੇਂ ਕਰਵਾਉਂਦੇ ਐ ਕਿਵੇਂ ਜੇਲਾਂ ਤੋਂ ਸਾਰਾ ਤੰਤਰ ਚੱਲਦਾ ਹੈ ਦੀਵੇ ਥੱਲੇ ਹਨੇਰਾ ਜਾਪ ਰਿਹਾ ਹੈ ਜਿਹੜਾ ਸੁਧਾਰਕਰਾਂ ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਉਹਨਾਂ ਸੁਧਾਰਕਰਾਂ ਦੇ ਵਿੱਚ ਹੀ ਸਾਰੀਆਂ ਟੌਪ ਕਲਾਸਿਸ ਫੈਸਿਲਿਟੀਆਂ ਗੈਂਗਸਟਰਾਂ ਨੂੰ ਮਿਲਦੀਆਂ ਰਹੀਆਂ ਨੇ ਪਰ ਇੱਕ ਪਾਸੇ ਇਸ ਜਾਣਕਾਰੀ ਦੇ ਆਧਾਰ ਤੇ ਵੱਡੇ ਅਟੈਕ ਦਾ ਜ਼ਿਕਰ ਹੋ ਰਿਹਾ ਅਨਮੋਲ ਕਿ ਵੱਡੀ ਸਾਜ਼ਿਸ਼ ਘੜੀ ਜਾ ਰਹੀ ਹੈ ਬਾਹਰਲੀਆਂ ਸ਼ਕਤੀਆਂ ਇਹਨਾਂ ਨੂੰ ਆਪਰੇਟ ਕਰ ਰਹੀਆਂ ਨੇ ਪਰ ਬਾਹਰਲੀਆਂ ਸ਼ਕਤੀਆਂ ਨੂੰ ਮੌਲਕ ਵਿੱਚ ਲਿਆਉਣ ਲਈ ਸਰਕਾਰ ਕੀ ਕੁਝ ਕਰ ਰਹੀ ਹੈ ਬਿਲਕੁਲ ਦੇਖੋ ਇਸ ਲਈ ਵੀ ਖਾਸ ਤੌਰ ਤੇ ਜਿਹੜਾ ਇਹ ਰੈਡ ਕਾਰਨਰ ਨੋਟਿਸ issues ਜਰੂਰ ਕੀਤਾ ਗਿਆ ਸੀਗਾ ਕਿਉਂਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕੀਤੀ ਗਈ ਉਸ ਤੋਂ ਬਾਅਦ ਕੇਂਦਰ ਸਰਕਾਰ ਵੱਲੋਂ ਇੰਟਰਪੋਲ ਨੂੰ ਇਹ ਮੈਸੇਜ ਜਿਹੜਾ ਕਿ ਆ ਭੇਜਿਆ ਗਿਆ ਜਿਸ ਤੋਂ ਬਾਅਦ ਰੈਡ ਕਾਰਨਰ ਨੋਟਿਸ ਜਿਹੜਾ ਕਿ ਜਾਰੀ ਕੀਤਾ ਗਿਆ ਹੁਣ ਜਦੋਂ ਡੀਜੀਪੀ ਦੀ ਪੀਸੀ ਹੋਈ ਹੈ ਪੰਜਾਬ ਦੇ ਡੀਜੀਪੀ ਵੱਲੋਂ ਇੱਕ ਪ੍ਰੈਸ ਕਾਨਫਰੰਸ ਕਰਕੇ ਪੂਰੀ ਜਾਣਕਾਰੀ ਦੀਪਕ ਮੁੰਡੀ ਬਾਰੇ ਦਿੱਤੀ ਜਾਂਦੀ ਹੈ ਉਦੋਂ ਵੀ ਇਹ ਸਵਾਲ ਜ਼ਰੂਰ ਪੁੱਛਿਆ ਗਿਆ ਸੀਗਾ ਕਿ ਜਿਹੜੇ ਹਜੇ ਵੀ ਐਬਸਕੰਡਿੰਗ ਨੇ ਜਿਹੜੇ ਬਾਹਰ ਮੁਲਕ ਤੋਂ ਬਾਹਰ ਬੈ ਕੇ ਜਿਹੜੇ ਸੰਪਰਕ ਕਰ ਰਹੇ ਨੇ ਗੈਂਗਸਟਰਸ ਨੂੰ ਜਾਂ ਫਿਰ ਆਪਣੇ ਗੈਂਗ ਇੱਥੇ ਮਨਸੂਬੇ ਆਪਣੇ ਇੱਥੇ ਪੂਰੇ ਕਰ ਰਹੇ ਹਨ ਉਹਨਾਂ ਨੂੰ ਕਦ ਤੱਕ ਪੂਰਾ ਕੀਤਾ ਰਹੂਗਾ ਤਾਂ ਸਾਫ ਤੌਰ ਤੇ ਪੰਜਾਬ ਦੇ ਡੀਜੀਪੀ ਵੱਲੋਂ ਕਿਹਾ ਗਿਆ ਕਿ ਜਿਹੜੇ ਲੀਗਲ ਰੇਡ ਕੇ ਨੇ ਉਹਨਾਂ ਨੂੰ ਖਤਮ ਕਰਕੇ ਜਿਹੜੀ ਲੀਗੈਲਿਟੀਆਂ ਹਨ ਉਹਨਾਂ ਨੂੰ ਫਾਲੋ ਕਰਨ ਤੋਂ ਬਾਅਦ ਜਲਦ ਤੋਂ ਜਲਦ ਜਿਹੜੇ ਬਾਹਰ ਮੁਲਕ ਦੇ ਵਿੱਚ ਬੈਠੇ ਹੋਏ ਗੈਂਗਸਟਰਸ ਨੇ ਉਹਨਾਂ ਨੂੰ ਵੀ ਜਲਦ ਦੇਸ਼ ਦੇ ਵਿੱਚ ਲਾਇਆ ਜਾਊਗਾ ਹਾਲਾਂਕਿ ਇਹ ਜਿਹੜਾ ਕਿ ਕਲੇਮ ਹੈ ਪੰਜਾਬ ਪੁਲਿਸ ਵੱਲੋਂ ਪੰਜਾਬ ਦੇ ਡੀਜੀਪੀ ਵੱਲੋਂ ਇਹ ਸੱਚਾਈ ਕਿੱਥੇ ਤੱਕ ਹੁੰਦਾ ਉਹ ਜ਼ਰੂਰ ਵੇਖਣਾ ਹੋਵੇਗਾ ਜਦ ਤੱਕ ਇਹ ਲੋਕ ਜਿਹੜੇ ਕਿ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੋਣਗੇ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਗੁਰਗੇ ਲਗਾਤਾਰ ਪੈਦਾ ਹੁੰਦੇ ਰਹਿਣਗੇ ਲੇਕਿਨ ਇਹ ਗੈਂਗਸਟਰ ਕਲਚਰ ਜਿਹੜਾ ਕੀ ਹੈ ਜਾਂ ਕਿਹਾ ਜਾਵੇ ਟੈਰਰਿਸਟ ਗਰੁੱਪ ਦਾ ਜਿਹੜਾ ਟੈਰਰ ਹੈ ਉਹ ਟੈਰਰ ਖਤਮ ਕਰਨ ਦੇ ਵਿੱਚ ਉਦੋਂ ਹੀ ਪੁਲਿਸ ਕਾਮਯਾਬ ਹੋਏਗੀ ਜਾਂ ਸੈਂਟਰਲ ਏਜੰਸੀਜ਼ ਕਾਮਯਾਬ ਹੋਣਗੀਆਂ ਜਦੋਂ ਇਨ ਗੈਂਗਸਟਰਸ ਨੂੰ ਭਾਰਤੋਂ ਫੜ ਕੇ ਮੁਲਕ ਦੇ ਵਿੱਚ ਲਿਆਇਆ ਜਾਵੇ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਣ ਅਨਮੋਲ ਕੁਝ ਦਿਨ ਪਹਿਲਾਂ ਯੂਪੀਏ ਐਕਟ ਦੇ ਅਧੀਨ ਇੱਕ ਐਫਆਈਆਰ ਲਾਉਂਚ ਹੋਈ ਸੀ ਤੁਹਾਡੇ ਯਾਦ ਹੋਵੇਗਾ ਵੱਡੀ ਗਿਣਤੀ ਚ ਗੈਂਗਸਟਰਾਂ ਦਾ ਉਸ ਵਿੱਚ ਨਾਮ ਸੀ ਲਾਰੈਂਸ ਜੱਗੂ ਭਗਵਾਨਪੁਰੇ ਨੂੰ ਐਨਆਈਏ ਪੰਜਾਬ ਚੋਂ ਉਹਦੇ ਲੈ ਕੇ ਜਾ ਰਹੀ ਹੈ ਤੇ ਬਿਲਕੁਲ ਦੇਖੋ ਜਿਸ ਤਰੀਕੇ ਨਾਲ ਲਗਾਤਾਰ ਉਹਨੂੰ ਯੂਏਪੀ ਐਕਟ ਦੇ ਆਪਾਂ ਗੱਲ ਕਰ ਲਿਆ ਕੁਝ ਦਿਨ ਪਹਿਲਾਂ ਇੱਕ ਲਿਸਟ ਵੀ ਕੱਢੀ ਗਈ ਉਸ ਦੇ ਵਿੱਚ ਉਹ ਗੈਂਗਸਟਰਸ ਦੇ ਨਾਲ ਦੇ ਉੱਤੇ ਯੋਪਾ ਜਿਹੜਾ ਕਿ ਆ ਲਾਇਆ ਗਿਆ ਉਸ ਦੇ ਕਰਕੇ ਵੀ ਜ਼ਰੂਰ ਦੇਖੋ ਇੱਕ ਪਹਿਲ ਕਿਹਾ ਜਾ ਸਕਦਾ ਹੈ ਲੇਕਿਨ ਅਸਲੀ ਕੰਟਰੋਲ ਉਦੋਂ ਤੱਕ ਕੀ ਹੋਏਗਾ ਕਿਸ਼ਨ ਜਦ ਤੱਕ ਜਿਹੜੇ ਦੇਸ਼ ਤੇ ਬਾਹਰ ਮੁਲਕ ਤੇ ਬਾਹਰ ਜਿਹੜੇ ਬੈਠੇ ਹੋਏ ਨੇ ਗੈਂਗਸਟਰਸ ਜਿਹੜੇ ਕਿ ਆਪਣੇ ਮਨਸੂਬੇ ਬਾਹਰ ਬੈਠ ਕੇ ਆਪਣੇ ਗੁਰਗਿਆਂ ਨੂੰ ਮੈਸੇਜ ਦੇ ਕੇ ਉਹਨਾਂ ਤੱਕ ਮੈਸੇਜ ਪਹੁੰਚਾ ਕੇ ਜਿਹੜਾ ਕਿ ਆਪਣੇ ਮਨਸੂਬੇ ਦੇ ਵਿੱਚ ਕਾਮਯਾਬ ਹੁੰਦੇ ਨੇ ਜਦ ਤੱਕ ਉਹ ਗੈਂਗਸਟਰਸ ਨਹੀਂ ਫੜੇ ਜਾਂਦੇ ਜਾਂ ਫਿਰ ਉਹਨਾਂ ਨੂੰ ਕਾਬੂ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਸ ਪੂਰੀ ਮਸ਼ੀਨਰੀ ਦੇ ਉੱਪਰ ਕੰਟਰੋਲ ਕਰਨਾ ਸ਼ਾਇਦ ਔਖਾ ਜ਼ਰੂਰ ਹੋਏਗਾ ਕਿਉਂਕਿ ਜੇਕਰ ਸਿਰਫ ਗੁਰਗਿਆਂ ਨੂੰ ਫੜਿਆ ਜਾ ਰਿਹਾ ਤਾਂ ਕਨੈਕਟੀਵਿਟੀ ਨਹੀਂ ਖਤਮ ਹੋ ਰਹੀ ਜੇਕਰ ਸਿਰਫ ਕਨੈਕਟੀਵਿਟੀ ਖਤਮ ਕੀਤੀ ਜਾ ਰਹੀ ਹੈ ਤਾਂ ਟਾਪ ਲੈਵਲ ਜਿੱਥੋਂ ਕਮਾਂਡ ਆਂਦੀ ਹੈ ਉਹ ਉਸ ਲੈਵਲ ਨੂੰ ਜੇਕਰ ਫੜ ਲਿਆ ਜਾਊਗਾ ਉਸ ਤੋਂ ਬਾਅਦ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਇਸ ਖਤਰੇ ਤੋਂ ਟਲਦੇ ਨਜ਼ਰ ਆਵਾਂਗੇ ਲੇਕਿਨ ਜਦ ਤੱਕ ਇਹ ਲੋਕਾਂ ਨੂੰ ਫੜਿਆ ਜਾਂਦਾ ਉਦੋਂ ਤੱਕ ਇਹ ਖਤਰਾ ਬਣਿਆ ਰਹੂਗਾ ਪਰ ਅਨਮੋਲ ਦੇਖੋ ਸਭ ਤੋਂ ਵੱਡੀ ਗੱਲ ਇੱਥੇ ਇਹ ਹੈ ਪ੍ਰੋਡਕਸ਼ਨ ਬਰਾਂਡ ਤੇ ਦਿੱਲੀ ਤੋਂ ਲਾਰੈਂਸ ਅਤੇ ਜੱਗੂ ਭਗਵਾਨਪੁਰੇ ਨੂੰ ਪੰਜਾਬ ਦੀ ਪੁਲਿਸ ਲੈ ਕੇ ਆਈ ਸੀ ਸਿੱਧੂ ਕਤਲकांड ਦੇ ਵਿੱਚ ਪਰ ਜਿਹੜਾ ਪਰਚਾ ਯੂਆਪਾ ਦੇ ਅਧਿਨੇ ਦਰਜ ਹੋਇਆ ਹੈ ਇਹ ਸੁਭਾਵਿਕ ਹੈ ਕਿ ਕਿਸੇ ਵੇਲੇ ਵੀ ਕਸਟਡੀ ਸੈਕੰਡਰੀ ਜਾਂਚ ਏਜੰਸੀਆਂ ਸੁਰੱਖਿਆ ਏਜੰਸੀ ਐਨਆਈਏ ਜੱਗੂ ਭਗਵਾਨਪੁਰੇ ਤੇ ਲਾਰੈਂਸ ਬਿਸ਼ਨੋਈ ਦੀ ਮੰਗ ਸਕਦੇ ਨੇ ਕਿਉਂਕਿ ਪਰਚਾ ਦਰਜ ਹੋਇਆ ਹੋਇਆ ਹੈ ਜਿਸ ਹਿਸਾਬ ਦੇ ਇਨਪੁਟ ਦੇ ਆਧਾਰ ਤੇ ਉਹ ਪਰਚਾ ਦਰਜ ਹੋਇਆ ਉਸੇ ਵਿਸ਼ੇ ਤੇ ਐਨਆਈਏ ਤਫਤੀਸ਼ ਦਾ ਦਾਇਰਾ ਵਧਾ ਸਕਦੀ ਹੈ ਕਿ ਲੱਗਦਾ ਨਹੀਂ ਕਿ ਕਸਟਡੀ ਜਦੋਂ ਚੇਂਜ ਹੋਏਗੀ ਪ੍ਰੋਡਕਸ਼ਨ ਰੰਡ ਤੇ ਪੰਜਾਬ ਦੀ ਪੁਲਿਸ ਤੋਂ ਵੱਖ-ਵੱਖ ਏਜੰਸੀਆਂ ਨਾਲ ਗੈਂਗਸਟਰ ਨੂੰ ਲੈ ਕੇ ਆਉਣਗੀਆਂ ਜਿਹੜੇ ਪੁਰਾਣੇ ਮਾਮਲੇ ਪੰਜਾਬ ਚੱਲ ਰਹੇ ਨੇ ਹਾਈ ਪ੍ਰੋਫਾਈਲ ਕੇਸਿਸ ਜਿਦਾ ਸਿੱਧੂ ਮੂਸੇ ਵਾਲਾ ਕਤਲकांड ਮਾਮਲਾ ਉਹਨਾਂ ਤੇ ਕੋਈ ਪ੍ਰਭਾਵ ਪਾਏਗਾ ਜਾਂ ਪ੍ਰਭਾਵ ਨਹੀਂ ਪਾਏਗਾ ਜਾਂ ਕਿਸ ਤਰ੍ਹਾਂ ਦੇ ਹੋਰ ਸਮੀਕਰਨ ਆਉਣ ਨਾਲ ਸਮਝ ਬਣ ਸਕਦੇ ਨੇ ਕਿਉਂਕਿ ਬੜੀ ਮੁਸ਼ਕਲ ਦੇ ਤਹਿਤ ਦਿੱਲੀੋਂ ਮਾਨਸਾ ਲਿਆਂਦਾ ਗਿਆ ਸੀ ਲੌਰੈਂਸ ਤੇ ਜਗੂ ਨੂੰ ਜੇ ਬਿਲਕੁਲ ਦੇਖੋ ਹੁਣ ਜੇਕਰ ਕੇਂਦਰ ਜਾਂਚ ਏਜੰਸੀਆਂ ਜਿਹੜੀਆਂ ਆ ਉਹ ਆਪਣੇ ਇਨਵੈਸਟੀਗੇਸ਼ਨ ਦੇ ਲਈ ਇਹਨਾਂ ਨੂੰ ਬੁਲਾ ਲੈਂਦੀ ਆ ਤਾਂ ਜ਼ਰੂਰ ਕਿਹਾ ਜਾ ਸਕਦਾ ਕਿ ਜਿਹੜੀ ਪੰਜਾਬ ਦੇ ਵਿੱਚ ਇਨਵੈਸਟੀਗੇਸ਼ਨ ਹੋ ਰਹੀ ਹੈ ਪੁਛ ਕੇ ਚੋਰੀ ਹੈ ਉਸ ਦੇ ਵਿੱਚ ਜਿਹੜਾ ਕਿ ਖਲਾਲ ਜ਼ਰੂਰ ਪੈ ਸਕਦਾ ਜਿਸ ਤੋਂ ਪਹਿਲਾਂ ਕਿਹਾ ਜਾਦਾ ਹੈ ਕਿ ਜੇ ਜਦ ਤੱਕ ਕੇਂਦਰ ਜਾਂਚ ਏਜੰਸੀ ਇੰਟਰਵਿਨ ਕਰਨ ਉਸ ਤੋਂ ਪਹਿਲਾਂ ਜੇਕਰ ਆਪਣੀ ਇਨਵੈਸਟੀਗੇਸ਼ਨ ਪੂਰੀ ਕੀਤੀ ਕਰ ਲਈ ਜਾਵੇ ਉਹ ਤੋਂ ਪੰਜਾਬ ਪੁਲਿਸ ਦੇ ਲਈ ਜ਼ਿਆਦਾ ਬਿਹਤਰ ਹੋਏਗਾ ਲੇਕਿਨ ਜਿਸ ਤਰੀਕੇ ਨਾਲ ਕਿ ਯੂਏਪੀਏ ਦਾ ਐਕਟ ਜਿਹੜਾ ਕਿ ਲਾ ਦਿੱਤਾ ਗਿਆ ਤਾਂ ਇਸ ਤੋਂ ਬਾਅਦ ਜ਼ਰੂਰ ਲਾਜ਼ਮੀ ਤੌਰ ਤੇ ਕੇਂਦਰੀ ਜਾਂਚ ਏਜੰਸੀਆਂ ਵੱਲੋਂ ਇਨ ਮਾਮਲੇ ਦੇ ਉੱਤੇ ਜਾਂਚ ਕੀਤੀ ਹੀ ਜਾਊਗੀ ਤਾਂ ਜਦੋਂ ਇਹ ਜਾਂਚ ਕੀਤੀ ਜਾਊਗੀ ਲਾਜ਼ਮੀ ਤੌਰ ਤੇ ਇਹ ਜਿਹੜੇ ਗੈਂਗਸਟਰਸ ਨੇ ਜਿਹਨਾਂ ਨੂੰ ਬੜੀ ਮੁਸ਼ਕਲ ਤੋਂ ਬਾਅਦ ਦਿੱਲੀ ਤੋਂ ਪੰਜਾਬ ਲੈ ਆਂਦਾ ਗਿਆ ਸੀਗਾ ਉਹਨਾਂ ਨੂੰ ਵਾਪਸੇ ਲੈ ਜਾਣਾ ਹੋਵੇਗਾ ਤਾਂ ਉਸ ਤੋਂ ਪਹਿਲਾਂ ਪੰਜਾਬ ਪੁਲਿਸ ਵੱਲੋਂ ਆਪਣੀ ਇਨਵੈਸਟੀਗੇਸ਼ਨ ਜਿਹੜੀ ਕਿ ਜੇਕਰ ਪੂਰੀ ਕੀਤੀ ਜਾਂਦੀ ਹੈ ਤਾਂ ਹੀ ਇਹ ਗੁੱਥੀ ਜਿਹੜੀ ਕਿ ਹੈ ਸੁਲਝਦੀ ਨਜ਼ਰ ਆਊਗੀ ਪਰ ਬਹੁਤ ਵੱਡਾ ਜਿਹੜਾ ਦੇਖੋ ਸਵਾਲ ਨਾਲ ਤੋਂ ਸਵਾਲ ਅਨਮੋਲ ਇਹ ਨਿਕਲੇ ਆ ਕਿ ਜਿਸ ਹਿਸਾਬ ਨਾਲ ਪੰਜਾਬ 'ਚ ਇਹਨਾਂ ਤੇ ਪਰਚੇ ਚੱਲ ਰਹੇ ਨੇ ਪੁਛਪੜਤਾਲ ਵੱਖ-ਵੱਖ ਜਿਹੜੇ ਰਿਮਾਂਡਸ ਟਰਾਂਜ਼ਿਟ ਰਿਮਾਂਡ ਦੇ ਥਰੂ ਪੰਜਾਬ ਦੀ ਪੁਲਿਸ ਕਰ ਰਹੀ ਹੈ ਇੱਕ ਪਾਸੇ ਯੂਆਪਾ ਐਫ ਆਈਆਰ ਲਾਂਚ ਕਰਕੇ ਕਿ ਲੱਗਦਾ ਨਹੀਂ ਕੇਂਦਰੀ ਜਾਂਚ ਏਜੰਸੀਆਂ ਨਾਲ ਗੈਂਗਸਟਰ ਨੂੰ ਇਕੱਠੇ ਕਰਕੇ ਪੁਛਪੜਤਾਲ ਕਰਨ ਗਈਆਂ ਠੀਕ ਹੈ ਵੱਖ-ਵੱਖ ਏਜੰਸੀਆਂ ਦਾ ਅਧਿਕਾਰ ਪੂਰਾ ਹੈ ਪਰ ਜਿਹੜੇ ਟਾਪ ਸੀਕਰੇਟਸ ਜਿਹੜੇ ਸੋਰਸਸ ਸੁਰੱਖਿਆ ਏਜੰਸੀਆਂ ਦੇ ਹੱਥ ਲੱਗੇ ਹੈ ਆਖਰਕਾਰ ਉਹਨਾਂ ਨੂੰ ਸੌਟ ਆਊਟ ਕਰਨ ਵਾਸਤੇ ਉਹਨਾਂ ਨੂੰ ਸੁਲਝਾਉਣ ਵਾਸਤੇ ਕਿੰਨੇ ਚੁਣੌਤੀ ਕੇਂਦਰ ਦੀ ਜਾਂਚ ਏਜੰਸੀ ਦੇ ਸਾਹਮਣੇ ਹੋ ਸਕਦੀ ਹੈ ਜਿਹੜੇ ਗੈਂਗਸਟਰ ਦਿੱਲੀ ਦੇ ਤਿਹਾਰ ਜ਼ਿਲ੍ਹੇ ਚ ਬੈ ਕੇ ਸਾਰਾ ਨੈਕਸਸ ਬਣਾ ਸਕਦੇ ਹੈ ਕਿਸੇ ਦਾ ਕਤਲ ਕਰਵਾ ਸਕਦੇ ਹੈ ਬਲੰਦ ਸ਼ਹਿਰ ਵਰਗੇ ਸ਼ਹਿਰ ਤੋਂ AK-47ਆਂ ਖਰੀਦ ਸਕਦੇ ਹੈ ਤਾਂ ਹੋਰ ਕੁਝ ਕੀ ਨਹੀਂ ਕਰ ਸਕਦੇ ਜਦੋਂ ਕਤਲ ਕਰਕੇ ਜੇਲ੍ਹ 'ਚ ਬੈਠੇ ਗੈਂਗਸਟਰ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ ਕਿ ਗਿਆਨੀ ਗੱਡੀ ਚੜਾ ਦਿੰਦਾ ਹੈ ਤਾਂ ਉਹਨਾਂ ਦੀ ਅਪਰੋਚ ਕਿੱਥੋਂ ਤੱਕ ਹੋਏਗੀ ਬਿਲਕੁਲ ਦੇਖੋ ਕਿਸ਼ਨ ਹਜੇ ਜਿਹੜੇ ਵੈਪਨਸ ਇਹਨਾਂ ਨੇ ਖਰੀਦੇ ਇੱਕ ਕਤਲ ਕਰਨ ਦੇ ਲਈ ਖਰੀਦੇ ਜਿਹੜੇ ਵੈਪਨਸ ਟਰਾਂਸਪੋਰਟ ਹੋਏ ਦੇਖੋ ਬੁਲੰਚਰ ਤੋਂ ਪੰਜਾਬ ਦੇ ਵਿੱਚ ਪੰਜਾਬ ਤੱਕ ਮਾਨਸਾ ਤੱਕ ਜਿਹੜੇ ਕਿ ਵੈਪਨਸ ਲਿਆਂਦੇ ਗਏ ਉਹ ਇੱਕ ਕਤਲ ਕਰਨ ਦੇ ਲਈ ਲਿਆਂਦੇ ਗਏ ਲੇਕਿਨ ਸਭ ਤੋਂ ਵੱਡਾ ਖਤਰਾ ਤੇ ਆਹੀ ਹੈ ਕਿ ਇਹਨਾਂ ਦੀ ਮੋਡਸ ਆਪਰੇਂਡਿਆ ਹੋ ਜਈ ਹੈ ਜੇਕਰ ਇਹਨਾਂ ਦਾ ਇਹਨਾਂ ਨੂੰ ਇਹਨਾਂ ਤੋਂ ਕਿਸੇ ਵੀ ਤਰੀਕੇ ਦੇ ਆਪਣੇ ਮਨਸੂਬੇ ਨੂੰ ਅੰਜਾਮ ਦੇਣਾ ਹੋਵੇ ਤਾਂ ਜਿਹੜੇ ਟੈਰਰਿਸਟ ਗਰੁੱਪਸ ਨੇ ਉਹ ਬਹੁਤ इजीली ਕਰਵਾ ਸਕਦੇ ਨੇ ਜੋ ਕਿ ਦੇਸ਼ ਦੇ ਲਈ ਇੱਕ ਵੱਡਾ ਖਤਰਾ ਹੈ ਸਿਰਫ ਹੁਣ ਗੈਂਗਸਟਰਵਾਦ ਹੀ ਨਹੀਂ ਗੈਂਗਸਟਰ ਕਲਚਰ ਹੀ ਨਹੀਂ ਬਲਕਿ ਟੈਰਰਿਜ਼ਮ ਗਰੁੱਪਸ ਦੇ ਨਾਲ ਜਿਹੜਾ ਇਹਨਾਂ ਦਾ ਲਿੰਕ ਸਾਹਮਣੇ ਆ ਰਿਹਾ ਹੈ ਉਹ ਬਹੁਤ ਵੱਡਾ ਖਤਰਾ ਜਿਹੜਾ ਕਿ ਉਹ ਦੇਸ਼ਦਰੀ ਬਣਦਾ ਨਜ਼ਰ ਆ ਰਿਹਾ ਹੈ ਜਿਸ ਦੇ ਉੱਤੇ ਚਿੰਤਾ ਜਿਹੜੀ ਕਿ ਜ਼ਰੂਰ ਜ਼ਾਹਿਰ ਕੀਤੀ ਜਾ ਰਹੀ ਹੈ ਐਮਐਚਏ ਵੱਲੋਂ ਵੀ ਤੇ ਦੇਸ਼ ਦੇ ਕੇਂਦਰ ਗ੍ਰੀ ਮੰਤਰੀ ਅਮਿਤ ਸ਼ਾਹ ਵੱਲੋਂ ਹਰ ਬਨੂ ਵੀ ਤਾਂ ਹੁਣ ਜਿਸ ਤਰੀਕੇ ਦੇ ਨਾਲ ਕੱਲ ਐਨਆਈਏ ਵੱਲੋਂ ਰੇਡਸ ਵੀ ਕੀਤੀਆਂ ਗਈਆਂ ਇਹਨਾਂ ਦੇ ਬਾਅਦ ਕਿਹਾ ਜਾ ਸਕਦਾ ਹੈ ਕਿ ਜੇਕਰ ਏਜੰਸੀਆਂ ਵੱਲੋਂ ਤਗੜੇ ਹੋ ਕੇ ਜਿਹੜਾ ਕਿ ਆਪਾਂ ਸਭ ਤੋਂ ਪਹਿਲਾਂ ਜਿਹੜਾ ਕਨੈਕਟੀਵਿਟੀ ਹੈ ਉਸ ਨੂੰ ਖਤਮ ਕੀਤਾ ਜਾਵੇ ਉਸ ਤੋਂ ਬਾਅਦ ਜਿਹੜੇ ਗੈਂਗਸਟਰਸ ਉਹਨੇ ਜਿਹੜੇ ਕਿ ਮੁਲਕ ਤੋਂ ਬਾਹਰ ਬਹਿ ਕੇ ਜਿਹੜੇ ਆਪਣੇ ਮਨਸੂਬਿਆਂ ਨੂੰ ਅੰਜਾਮ ਦੇ ਰਹੇ ਨੇ ਉਹਨਾਂ ਨੂੰ ਫੜ ਕੇ ਲਿਆਇਆ ਆਦੀ ਇਹ तमाम ਖਤਰਿਆਂ ਤੋਂ ਦੇਸ਼ ਜਿਹੜਾ ਕਿ ਉਹ ਬਚਦਾ ਨਜ਼ਰ ਆ ਸਕਦਾ